ਵੱਧ ਰਹੀ ਗਰਮੀ ਦੇ ਨਾਲ ਲੋਕ ਸਭਾ ਚੋਣਾਂ ਦੀ ਗਰਮੀ ਵੀ ਦਿਨ ਬਦਿਨ ਵੱਧਦੀ ਨਜ਼ਰ ਆ ਰਹੀ ਹੈ ਜਿਸ ਦੇ ਚੱਲਦੇ ਜਿੱਥੇ ਪਾਰਟੀਆਂ ਦੇ ਉਮੀਦਵਾਰ ਆਪਣੀਆਂ ਪਾਰਟੀਆਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਨੇ ਉੱਥੇ ਹੀ ਆਏ ਦਿਨ ਕੁਝ ਪਾਰਟੀਆਂ ਦੇ ਵਰਕਰ ਅਤੇ ਲੀਡਰ ਆਪਣੀਆਂ ਪਾਰਟੀਆਂ ਤੋਂ ਕਿਨਾਰਾ ਕਰ ਦੂਸਰੀਆਂ ਪਾਰਟੀਆਂ ਦਾ ਸੰਗ ਕਰ ਰਹੇ ਨੇ ਇਸੇ ਲੜੀ ਤਹਿਤ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਆਪ ਦੇ ਨਾਲ ਸੰਬੰਧ ਰੱਖਣ ਵਾਲੇ 20 ਪਰਿਵਾਰ ਆਪ ਦਾ ਸਾਥ ਛੱਡ ਕਾਂਗਰਸ ਵਿੱਚ ਸ਼ਾਮਲ ਹੋ ਗਏ ਉਹਨਾਂ 20 ਪਰਿਵਾਰਾਂ ਦੇ 100-150 ਲੋਕਾਂ ਨੇ ਕਾਂਗਰਸ ਦੇ ਲੀਡਰ ਮੁਹੰਮਦ ਸ਼ਦੀਕ ਦੀ ਹਾਜ਼ਰੀ ਵਿੱਚ ਕਾਂਗਰਸ ਨਾਲ ਜੁੜੀ ਇੱਕ ਨਵੀਂ ਤਾਕਤ ਦਿੱਤੀ ਇਸ ਮੌਕੇ ਮੀਡੀਆ ਦੇ ਰੂਬਰੂ ਹੁੰਦਿਆਂ ਕਾਂਗਰਸ ਪਾਰਟੀ ਦੀ ਜਾਨ ਮੰਨੇ ਜਾਣ ਵਾਲੇ ਲੀਡਰ ਮੁਹੰਮਦ ਸ਼ਦੀਕ ਨੇ 20 ਪਰਿਵਾਰਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਖੁਸ਼ੀ ਜ਼ਾਹਿਰ ਕਰਦੇ ਸਮੇਂ ਕਾਂਗਰਸ ਪਾਰਟੀ ਦੀਆਂ ਤਾਰੀਫਾਂ ਦੇ ਪੁਲ ਬੰਨੇ ਸ਼ਦੀਕ ਨੇ ਕਿਹਾ ਕਿ ਲੋਕਾਂ ਨੂੰ ਸਮਝ ਆ ਗਈ ਹੈ ਕਿ ਨਵਾਂ 9 ਦਿਨ ਅਤੇ ਪੁਰਾਣਾ 100 ਦਿਨ ਹੁੰਦਾ ਹੈ ਕਾਂਗਰਸ ਪਾਰਟੀ ਪੁਰਾਣੀ ਹੈ ਜਿਸ ਕਰਕੇ ਵੱਖ-ਵੱਖ ਪਾਰਟੀਆਂ ਦੇ ਵਰਕਰ ਅਤੇ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ ਇਸ ਮੌਕੇ ਸ਼ਦੀਕ ਨੇ ਦੱਸਿਆ ਕਿ ਪਹਿਲਾਂ ਮੋਦੀ ਅਤੇ ਉਸ ਦੇ ਸਾਥੀਆਂ ਵੱਲੋਂ ਝੂਠ ਬੋਲ ਕੇ ਕਾਂਗਰਸ ਪਾਰਟੀ ਨੂੰ ਬਦਨਾਮ ਕੀਤਾ ਜਾਂਦਾ ਸੀ ਪਰ ਹੁਣ ਸੱਚ ਲੋਕਾਂ ਦੇ ਸਾਹਮਣੇ ਆ ਗਿਆ ਹੈ ਜਿਸ ਕਰਕੇ ਲੋਕਾਂ ਦਾ ਕਾਂਗਰਸ ਪ੍ਰਤੀ ਪਿਆਰ ਵੀ ਸਾਹਮਣੇ ਆ ਰਿਹਾ ਜੀ ਹਾਂਜੀ ਸਰ ਅੱਜ ਕਿੰਨੇ ਪਰਿਵਾਰ ਆਏ ਨੇ ਸ਼ਾਮਲ ਕੋਈ ਤਕਰੀਬਨ 25-26 ਪਰਿਵਾਰ 25-26 ਪਰਿਵਾਰ ਜੋ ਕਿ ਝਾੜੂ ਪਾਰਟੀ ਸੀਗੇ ਆਪ ਪਾਰਟੀ ਸੀਗੇ ਉਹਨਾਂ ਨੇ ਅੱਜ ਕਾਂਗਰਸ ਜੁਆਇਨ ਕੀਤੀ ਹੈ 25-26 ਪਰਿਵਾਰ ਦਾ ਮਤਲਬ ਸਿੱਧਾ ਇਹ ਹੈ 100-125 ਬੰਦਾ ਤੋ ਅਸੀਂ ਉਹਨਾਂ ਨੂੰ ਖੁਸ਼ਾਮਦੀਦ ਕਹਿੰਦੇ ਹਾਂ ਸਵਾਗਤ ਕਰਦੇ ਹਾਂ ਉਹਨਾਂ ਦਾ ਕਿਉਂਕਿ ਉਹਨਾਂ ਨੇ ਵੀ ਸਮਝ ਲਿਆ ਵੀ ਕਾਂਗਰਸ ਦੀ ਸਰਕਾਰ ਹੈ ਅਤੇ ਕਾਂਗਰਸ ਦੀ ਸਰਕਾਰ ਸੈਂਟਰ 'ਚ ਵੀ ਬਣਨ ਜਾ ਰਹੀ ਹੈ ਲੋਕਾਂ ਨੇ ਦੇਖ ਲਿਆ ਦੂਜੀਆਂ ਪਾਰਟੀਆਂ ਵੀ ਦੇਖ ਲਈਆਂ ਕਾਂਗਰਸ ਪੁਰਾਣੀ ਪਾਰਟੀ ਹੈ ਹੈ ਜੀ ਨਵਾਂ 9 ਦਿਨ ਪੁਰਾਣਾ 100 ਦਿਨ ਇਸ ਕਰਕੇ ਕਾਂਗਰਸ ਨੂੰ ਪਿਆਰ ਕਰਦਿਆਂ ਹੋਇਆਂ ਉਹਨਾਂ ਸਾਰਿਆਂ ਨੇ ਅੱਜ ਕਾਂਗਰਸ ਜੁਆਇਨ ਕੀਤੀ ਹੈ ਮੇਰੇ ਵੱਲੋਂ ਉਹਨਾਂ ਦਾ ਸਵਾਗਤ ਹੈ ਕਾਂਗਰਸ ਪਾਰਟੀ ਵੱਲੋਂ ਉਹਨਾਂ ਦਾ ਸਵਾਗਤ ਹੈ ਸਰ ਇੱਕ ਇੱਕ ਕਰਕੇ ਆਪ ਦੇ MLA ਵੀ ਕਾਂਗਰਸ ਦੇ ਵਿੱਚ ਆ ਰਹੇ ਆ ਉਹਦੇ ਬਾਰੇ ਕਹਿਣਾ ਦੇਖੋ ਬੇਨਤੀ ਇਹ ਹੈ ਇਹ ਤਾਂ ਤੁਸੀਂ ਸਵਾਲ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਉਹ ਕਿਉਂ ਜਾ ਰਹੇ ਨੇ ਉਹਨਾਂ ਪਰ ਮੈਂ ਸਮਝਦਾ ਕਾਂਗਰਸ ਨੂੰ ਜਿਹਨੂੰ ਪਹਿਲਾਂ ਝੂਠ ਬੋਲ ਬੋਲ ਕੇ ਬਦਨਾਮ ਕੀਤਾ ਮੋਦੀ ਸਾਹਿਬ ਨੇ ਅਤੇ ਮੋਦੀ ਦੇ ਹੋਰ ਬੁਲਾਰਿਆਂ ਨੇ ਝੂਠ ਬੋਲ ਕੇ ਬਦਨਾਮ ਕੀਤਾ ਇਹ 5 ਸਾਲਾਂ 'ਚ ਉਹ ਸੱਚ ਸਾਹਮਣੇ ਆ ਗਿਆ ਕੂੜ ਨਿਖੁੱਟੇ ਨਾਨਕਾ ਓੜ ਕੇ ਸੱਚ ਸਹੀ ਉਹ ਸੱਚ ਸਾਹਮਣੇ ਆ ਗਿਆ ਹੁਣ ਲੋਕੀ ਫਿਰ ਕਾਂਗਰਸ ਵੱਲ ਨੂੰ ਆ ਰਹੇ ਨੇ ਦੂਜੇ ਪਾਸੇ ਸਦੀਕ ਦੇ ਵਿਰੋਧ ਦੀ ਵਾਇਰਲ ਹੋਈ ਵੀਡੀਓ ਬਾਰੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਸਦੀਕ ਨੇ ਦੱਸਿਆ ਕਿ ਮੇਰਾ ਕਿਸੇ ਨੇ ਵੀ ਅਤੇ ਕਿਤੇ ਵੀ ਕੋਈ ਵਿਰੋਧ ਨਹੀਂ ਕੀਤਾ ਸਦੀਕ ਸਾਹਿਬ ਅੱਜ ਤੁਹਾਡਾ ਢਿੱਲਵਾਂ ਦੇ ਵਿੱਚ ਵਿਰੋਧ ਕੀਤਾ ਗਿਆ ਕੁਝ ਲੋਕਾਂ ਵੱਲੋਂ ਕੀ ਮਾਮਲਾ ਸੀ ਮੇਰਾ ਹਾਂਜੀ ਨਹੀਂ ਕੀਤਾ ਪਤਾ ਲੱਗਾ ਵੀਡੀਓ ਆਈ ਇੱਕ ਸੋਸ਼ਲ ਮੀਡੀਆ ਹਾਂਜੀ ਸੋਸ਼ਲ ਮੀਡੀਆ ਤੇ ਆਈ ਉਹ ਵੀਡੀਓ ਕਿਸੇ ਨੇ ਖਿੱਚਣੀ ਮਿੰਤ ਕੋਈ ਸਟੇਜ ਤੇ ਤਾਂ ਕੋਈ ਆਇਆ ਨਹੀਂ ਹੈਗਾ ਪੁਰਾਣੀ ਆਈ ਪੁਰਾਣੀ ਸਟੇਜ ਤਾਂ ਕੋਈ ਨਹੀਂ ਜੀ ਆਇਆ ਮੈਂ ਹਾਲੇ ਤੱਕ ਮੇਰੇ ਹਲਕੇ 'ਚੋਂ ਮੇਰਾ ਵਿਰੋਧ ਕਿਸੇ ਨੇ ਕੀਤਾ ਨਹੀਂ ਹੈ ਔਰ ਮੇਰਾ ਖਿਆਲ ਹੈ ਕੋਈ ਕਰੂਗਾ ਵੀ ਨਹੀਂ ਕਿਉਂਕਿ ਮੈਂ ਨਹੀਂ ਕਿਸੇ ਦਾ ਵਿਰੋਧ ਕਰਦਾ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।